ਆਜ਼ਾਦੀ ਦਾ ਦਿਹਾੜਾ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਬੜੇ ਧੂਮਧਾਮ ਨਾਲ ਮਨਾਉਣ ਜਾ ਰਹੇ ਹਾਂ ਔਰ ਬੜਾ ਐਕਸਾਈਟਮੈਂਟ ਹੈ ਲੋਕਾਂ ਦੇ ਵਿੱਚ ਔਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਵੇਂ ਕਿ ਅੱਜ ਅਸੀਂ ਲੁਧਿਆਣੇ ਦਾ ਇਹ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਹਾਂ ਇਸੇ ਤਰ੍ਹਾਂ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ 'ਚ ਹੈੱਡਕੁਆਟਰ ਤੋਂ ਸੀਨੀਅਰ ਆਫਿਸਰਸ ਨੂੰ ਵੀ ਭੇਜਿਆ ਗਿਆ ਤਾਂ ਕਿ ਇਹ ਡਬਲ ਇੱਕ ਤਰ੍ਹਾਂ ਦਾ ਸੁਰੱਖਿਆ ਰਿਵਿਊ ਹੋ ਸਕੇ ਇੱਕ ਤਾਂ ਲੋਕਲ SSPs ਕਮਿਸ਼ਨਰਸ ਕਰ ਰਹੇ ਆ ਬਾਕੀ ਇੱਕ ਡਬਲ ਸੁਰੱਖਿਆ ਦਾ ਇੱਕ ਰਿਵਿਊ ਹੋ ਜਾਏ ਔਰ ਕਾਫੀ ਸਾਰੀ ਫੋਰਸ ਵੀ ਅਸੀਂ ਲਗਾਈ ਹੈ ਨਾ ਕੇਵਲ ਸਿਰਫ ਫੰਕਸ਼ਨ ਦੀ ਬਲਕਿ ਟੋਟਲ ਸਟੇਟ ਦੀ ਸਿਕਿਉਰਿਟੀ ਅਸੀਂ ਇਨਹਾਂਸ ਕੀਤੀ ਹੈ ਔਰ ਜਿੱਥੇ ਤੱਕ ਲੁਧਿਆਣਾ ਦਾ ਸਵਾਲ ਹੈ ਤਕਰੀਬਨ 900 ਬੰਦਾ ਇਸ ਫੰਕਸ਼ਨ ਦੀ ਸਿਕਿਉਰਿਟੀ ਲਈ ਲਗਾਇਆ ਵੱਖ ਵੱਖ ਡਿਊਟੀਆਂ 'ਤੇ ਔਰ ਲਗਭਗ 3000 ਦੇ ਕਰੀਬ ਸਾਡੀ ਮੈਨ ਪਾਵਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਰਹੀ ਗਈ ਸਰ ਪੂਰੇ ਪੰਜਾਬ 'ਚ ਬੋਰਡਰ ਹੈਗੀ ਹੈ ਕਿਸ ਤਰ੍ਹਾਂ ਸੀਲ ਕੀਤੇ ਗਏ ਕੀ ਪੁਆਇੰਟ ਬਣਾਏ ਗਏ ਨੇ ਹਾਈ ਟੈਕ ਟੈਕਨੋਲੋਜੀ ਹੈਗੀ ਹੈ ਕਿਸ ਤਰ੍ਹਾਂ ਇਸਤੇਮਾਲ ਕੀਤੀ ਜਾ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਢੁੱਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਰੈੱਡ ਅਲਰਟ ਜਾਰੀ ਕੀਤਾ ਹੋਇਆ ਔਰ ਤਕਰੀਬਨ ਸਾਡੀ 75% ਫੋਰਸ ਅਸੀਂ ਮੋਬਲਾਈਜ਼ ਕਰਕੇ ਇਸ ਇਹਨਾਂ ਦਿਹਾੜਿਆਂ ਲਈ ਡਿਪਲੋਏ ਕੀਤੀ ਹੋਈ ਹੈ ਇਸ ਤੋਂ ਜ਼ਿਆਦਾ ਮੈਂ ਡਾਇਵਰਜ ਨਹੀਂ ਕਰਨਾ ਚਾਹਾਂਗਾ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਸੁਰੱਖਿਆ ਦੇ ਚੰਗੇ ਪ੍ਰਬੰਧ ਕੀਤੇ ਗਏ ਨੇ ਸਰ ਇੱਕ ਲੈਟਰ ਵੀ ਜਾਰੀ ਹੋਇਆ ਕੋਈ ਸਾਈਬਰ ਅਟੈਕ ਹੋ ਸਕਦਾ ਸਾਈਬਰ ਅਟੈਕ ਨੂੰ ਲੈ ਕੇ ਉਹ ਦੇਖੋ ਬਹੁਤ ਤਰ੍ਹਾਂ ਦੇ ਅਲਰਟਸ ਹੈਗੇ ਆ ਜਿਹਦੇ ਵਿੱਚ ਮੈਂ ਨਹੀਂ ਜਾਣਾ ਚਾਹਾਂਗਾ ਮੈਂ ਸਿਰਫ ਇੰਨਾ ਕਹਾਂਗਾ ਕਿ ਵੀ ਹੈਵ ਗੇਅਰਡ ਅਪ ਔਰ ਅਸੀਂ ਪੂਰੀ ਤਰ੍ਹਾਂ ਹਰ ਪੱਖੋਂ ਭਾਵੇਂ ਸਾਈਬਰ ਹੋਵੇ ਭਾਵੇਂ ਦੂਸਰਾ ਫਿਜ਼ੀਕਲ ਸੁਰੱਖਿਆ ਹੈ ਅਸੀਂ ਹਰ ਇੱਕ ਚੀਜ਼ ਦਾ ਖਿਆਲ ਰੱਖ ਰਹੇ ਹਾਂ ਸਰ ਕੀ ਮੈਸੇਜ ਦੇਣਾ ਚਾਹੋਗੇ ਮੈਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਹ ਆਜ਼ਾਦੀ ਦਾ 75ਵਾਂ ਵਰੇਗੰਢ ਹੈ ਇਸ ਨੂੰ ਬਹੁਤ ਉਤਸ਼ਾਹ ਨਾਲ ਮਨਾਓ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਔਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜ਼ਰੂਰ ਪੁਲਿਸ ਨੂੰ ਸੂਚਿਤ ਕਰੋ ਔਰ ਅਸੀਂ ਤੁਹਾਡੇ ਨਾਲ ਹਾਂ ਧੰਨਵਾਦ